ਲੰਗਰਾਂ ਬਾਰੇ ਸਾਰੇ ਨੇ ਇੰਤਜ਼ਾਮ ਵਧੀਆ ਕੀਤੇ ਔਰ ਸਾਰੇ ਬੁਲਾਰੇ ਬੋਲਦੇ ਆ ਔਰ ਇੰਨੇ ਵਧੀਆ ਬੋਲਦੇ ਆ ਕਿ ਅਸੀਂ ਉਹਨਾਂ ਦੀ ਪੈਰ ਦੀ ਜੇ ਮੈਂ ਕਹਾਂ ਤੇ ਪੈਰ ਦੀ ਧੂ ਵਰਗਾ ਵੀ ਹੈ ਅਸੀਂ ਕੱਲ ਇੱਕ ਚੈਨ ਬਣਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਕੱਠੀਆਂ ਹੋਈਆਂ ਜਦੋਂ ਇਕੱਠੀਆਂ ਹੋਣੀਆਂ ਤਾਂ ਤੁਹਾਨੂੰ ਪਤਾ ਕਿ ਉਹਦੇ ਵਿੱਚ ਸਾਰੇ ਸਿਆਸੀ ਪਾਰਟੀਆਂ ਨੇ ਵੀ ਆਉਣਾ ਹੈ ਔਰ ਕੁਛ ਨਹੀਂ ਵੀ ਆਉਣੀਆਂ ਉਹ ਕਿਉਂ ਨਹੀਂ ਆਉਂਦੀਆਂ ਕਿ ਜਿਨ੍ਹਾਂ ਦੇ ਮੈਂ ਗੋਡੀ ਹੱਥ ਨਹੀਂ ਲਾਉਂਦਾ ਮੈਨੂੰ ਚੰਗਾ ਨਹੀਂ ਸਮਝਦੇ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਮੈਂ ਲੱਭ ਨਹੀਂ ਸਕਦਾ ਮੇਰੀ ਕਮਜ਼ੋਰੀ ਮੇਰੀ ਅਨਪੜ੍ਹਤਾ ਮੇਰੀ ਘੱਟ ਬੁੱਧੀ ਮੈਂ ਗੱਲ ਕਰਨੀ ਚਾਹੁੰਦਾ ਵੋਟਾਂ ਦੀ ਜਦੋਂ ਸੋਮ ਪ੍ਰਕਾਸ਼ ਜੀ ਇੱਥੇ 11 ਵਿੱਚ ਆਏ ਤੇ ਸਾਨੂੰ ਪਹਿਲਾਂ ਮਿਲ ਕੇ ਉਹਨੇ ਮੈਨੂੰ ਕਿਹਾ ਕਿ ਤੂੰ ਮੇਰਾ ਛੋਟਾ ਭਰਾ ਹੈ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਮੈਂ ਉਹਨੂੰ ਕਿਹਾ ਤੁਸੀਂ ਮੇਰੇ ਵੱਡੇ ਭਰਾ ਪਿੰਡੋਂ ਪਿੰਡੀ ਦਰੋ ਦਰੀ ਜਾ ਕੇ ਅਸੀਂ ਵੋਟਾਂ ਪਾਈਆਂ ਮੁੱਖ ਪੰਜਾਬ ਦੇ ਮੰਤਰੀ ਬਣੇ ਔਰ ਉਸ ਤੋਂ ਬਾਅਦ ਔਰ ਫਿਰ ਦੂਜੀ ਵਾਰੀ ਜਿੱਤ ਗਏ ਫਿਰ ਪਰ ਇਸ ਵਾਰੀ ਜਦੋਂ MC ਦੇ ਇਲੈਕਸ਼ਨ ਹੋਈ ਤਾਂ ਕੁਛ ਗੱਲਾਂ ਦੀ ਖਾਤਰ ਨਾ ਮੇਰੇ ਤੇ ਅਕਾਲੀ ਦਲ ਦੇ ਮੋਹਰੇ ਮੁੰਡੇ ਦੇ ਹੋਏ ਨਾ ਭਾਜਪਾ ਦੇ ਮੋਹਰੇ ਮੁੰਡੇ ਦੇ ਹੋਏ ਮੇਰੇ ਤੇ ਕੋਈ ਨਫ਼ਰਤ ਹੋ ਗਈ ਕਲਰ ਇਹ ਪੋਲਿਟਿਕਸ ਬੰਦਿਆਂ ਦੀ ਪੋਜੀਸ਼ਨ ਹੈ ਜੇ 6 ਮਹੀਨੇ ਬਾਅਦ ਇੱਥੇ ਦੇ ਨੂੰ ਇੱਕ ਵਾਰੀ ਬਾਹਰ ਤਾਂ ਨਿਕਲੋ ਆਪਣੇ ਜਥੇ ਦੇ ਬੰਦਿਆਂ ਨੂੰ ਜਿੰਨੇ ਇੱਥੇ ਬੈਠੇ ਆ ਪਿੰਡਾਂ 'ਚ ਤੇ ਉਹਨਾਂ ਨੂੰ ਕਹਿ ਦੇ ਅਸਤੀਫੇ ਦਿੱਤੇ ਦੇ ਦਿਓ ਸਾਰੇ ਹੀ ਇਹਨਾਂ ਸੰਗਤ ਨੇ ਵੋਟਾਂ ਪਾ ਕੇ ਹੁਣ ਕਿਸੇ ਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਤਾਂ ਕਿਸੇ ਨੂੰ ਸ਼ਹਿਰੀ ਪ੍ਰਧਾਨ ਬਣਾਇਆ ਜੇ ਸਾਰੇ ਅਸਤੀਫੇ ਦੇ ਦੂਗੇ ਤਾਂ ਪ੍ਰਧਾਨ ਕੀਆਂ ਦਾ ਆਉਂਦੀਆਂ ਰਹਿੰਦੀਆਂ ਤੇ ਜਾਂਦੀਆਂ ਰਹਿੰਦੀਆਂ ਰਹਿ ਗਈ ਗੱਲ ਘਰਾਣਿਆਂ ਦੀ ਮਾਨ ਸਾਹਿਬ ਤੁਸੀਂ ਬੈਠੇ ਆ ਜਗਰੰਗ ਜੀ ਤੁਸੀਂ ਬੈਠੇ ਆ ਸਾਨੂੰ 57,000 ਰੁਪਇਆ ਕਿਲੋ ਬੀ ਮਿਲਦਾ ਮੁੱਲ ਇਹਨਾਂ ਘਰਾਣਿਆਂ ਦਾ ਗੋਭੀ ਦਾ 66,000 ਰੁਪਇਆ ਕਿਲੋ ਬੀ ਮਿਲਦਾ ਟਮਾਟਰਾਂ ਦਾ 80,000 ਕਿਲੋ ਬੀ ਮਿਲਦਾ ਖੀਰਿਆਂ ਦਾ ਜਿਹੜੇ ਮੰਡੀ 'ਚ ਲੈਣ ਗਏ ਉਹ ਕਹਿੰਦੇ ਆ 20 ਰੁਪਈਏ ਕਿਲੋ ਕਿਸਾਨ ਖੀਰੇ ਵੇਚਦੇ ਆ ਤੇ ਉਹ ਘਰਾਣੇ ਆ ਜਿਹੜੇ ਲੁੱਟ ਰਹੇ ਆ ਅੱਜ ਸ਼ਹਿਰ ਦਾ ਬੰਦਾ ਪਿੰਡ ਦਾ ਬੰਦਾ ਕੋਈ ਬੰਦਾ ਆਪਣੀ 4 ਕਨਾਲ ਜ਼ਮੀਨ ਦੇ ਵਿੱਚ ਇੱਕ ਪਲਾਟ ਵੇਚ ਕੇ ਦਿਖਾ ਦੇਵੇ ਪਰ ਕਿਆ ਫਰਜ਼ ਕਰਨ ਸਰਕਾਰ ਚੱਲਦੀ ਆ ਇਹ ਇਹ ਅੱਜ ਦੇ ਕਾਨੂੰਨ ਪਾਸ ਨਹੀਂ ਕਰਦੇ ਵਿੱਚੋਂ ਵਿੱਚ ਹੀ ਇਹ 12 ਤੋਂ ਮੋਹਰਾਂ ਲੱਗਦੀਆਂ ਹੁੰਦੀਆਂ ਔਰ ਇਸ ਟਾਈਮ 2-3 ਬੰਦੇ ਜਿਹੜੇ ਕਿ ਐਨ ਧੜ ਹੋ ਕੇ ਕੰਮ ਕਰ ਰਹੇ ਆ ਜੇ ਮੁੱਖ ਮੰਤਰੀ ਪੰਜਾਬ ਕੈਪਟਨ ਅਰਵਿੰਦਰ ਸਿੰਘ ਅਗਵਾਈ ਨਾ ਕਰਦੇ ਤਾਂ ਸ਼ਾਇਦ ਕਿਸਾਨ ਜਥੇਬੰਦੀਆਂ ਪਹਿਲੇ ਦਿਨ ਤੋਂ ਕਿਸਾਨ ਧਰਨੇ ਤੇ ਬੈਠਣ ਲਈ ਕਈ ਤਰ੍ਹਾਂ ਦੀਆਂ ਮਜਬੂਰੀਆਂ ਵੱਧ ਕਰਦੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਹਾ ਕਿ ਬੈਠੋ ਕੋਈ ਪ੍ਰਵਾਹ ਨਹੀਂ ਦੂਸਰੀ ਗੱਲ ਜਿਹੜੀ ਪਾਣੀਆਂ ਦੇ ਮੁੱਦੇ ਦੀ ਗੱਲ ਕਰਦਾ ਇਹ ਕੋਲਾ ਨਾ ਭੇਜੇ ਇਹ ਪੱਥਰ ਨਾ ਭੇਜੇ ਇਹ ਸਾਨੂੰ ਤੇਲ ਨਾ ਦੇਵੇ ਯੂਰੀਆ ਖਾਦ ਨਾ ਦੇਵੇ ਜਿਹੜਾ ਬੈਂਸ ਭਰਾ ਕਹਿ ਰਹੇ ਆ ਮੈਂ ਕਿਸੇ ਨਾਂ ਨਾ ਜੋੜ ਰਹੀ ਹੋ ਕਿ ਉਹਦੀ ਸਿਫਤ ਕੀਤੀ ਨਹੀਂ ਕਿ ਉਹ ਕਹਿੰਦਾ ਪਾਣੀ ਦਾ ਬਿੱਲ ਦੇ ਦਿਓ ਜੇ ਪਾਣੀ ਬੰਦ ਕਰ ਦੇਵੇ ਪਾਣੀ ਬਿਨਾਂ ਜੀ ਨਹੀਂ ਸਕਦੇ ਸਾਨੂੰ ਪਾਣੀ ਬਹੁਤ ਆ ਕਾਣੇ ਤਾਂ ਸਾਡੇ ਕੋਲ ਆਪਣੇ ਬਹੁਤ ਹੋ ਜਾਣੇ ਆ ਕਾਨੂੰਨ ਦੀਆਂ ਗੱਲਾਂ ਸਾਰੇ ਨੇ ਕਰਨੀਆਂ ਔਰ ਮੈਂ ਫਿਰ ਸੋਮ ਪ੍ਰਕਾਸ਼ ਨੂੰ ਬੇਨਤੀ ਕਰਦਾ ਕਿ ਤੂੰ ਛੋਟੇ ਭਰਾ ਦੀ ਨਾ ਮੰਨ ਇੰਨੇ ਪੰਜਾਬ ਦੀ ਇੰਨੀ ਸੰਗਤ ਦੀ ਮੰਨ ਲਾ ਕਿ ਅਸਤੀਫਾ ਦੇ ਕੇ ਕੱਲ ਨੂੰ ਇਹਨਾਂ ਨੇ ਬਿੱਲ ਪਾਸ ਨਹੀਂ ਕਰਨੇ ਇਹ ਸਾਰੀ ਪਖੰਡਬਾਜ਼ੀ ਆ ਦਿੱਲੀ ਦੀ ਨਾ ਦਿੱਲੀ ਪਹਿਲਾਂ ਸਹਿਮਤ ਹੋਈ ਜਿਨ੍ਹਾਂ ਨੇ ਸਾਡੇ 9ਵੇਂ ਪਾਤਸ਼ਾਹ ਸ਼ਹੀਦ ਕਰਤੇ ਇਹਨਾਂ ਦੀ ਖਾਤਰ ਗਿਆ ਦੇ ਕਿ ਸਾਡੇ ਬਿੱਲ ਪਾਸ ਕਿੱਥੋਂ ਕਰ ਦੂਗੇ ਇਹ ਨਹੀਂ ਕਰਨੇ ਇਹ ਨਿਹਰਾ ਪਖੰਡ ਆ ਇਹਨਾਂ ਨੇ ਕੱਲ੍ਹ ਨੂੰ ਉਲਝਾ ਕੇ ਬੇਮੋੜਨਾ ਇਹਨਾਂ ਨੇ ਕਿਤਾਬ ਪੜ੍ਹੀ ਜਿਹੜੀ ਆ ਉਲਝਾਉਣ ਦੀ ਪੜ੍ਹੀ ਆ ਸਾਡਿਆਂ ਨੇ ਪੜ੍ਹੀ ਉਹ ਆ ਜਿਹੜੀ ਸੁਲਝਾਉਣ ਦੀ ਆ ਇਹਨਾਂ ਨੇ ਨਹੀਂ ਕਰਨਾ ਪਰ ਮੈਂ ਮੀਡੀਆ ਰਾਹੀਂ ਤੁਹਾਡੀ ਸਪੀਚ ਰਾਹੀਂ ਕਿ ਮੇਰੀ ਵੀਡੀਓ ਚੱਕ ਚੱਕ ਕੇ ਬਹੁਤ ਹਾਰ ਗਏ ਆ ਆਪ ਹਾਰ ਜਾਓ ਕਿ ਸੋਮ ਪ੍ਰਕਾਸ਼ ਜੀ ਅਸਤੀਫਾ ਦੇ ਕੇ ਨਾਲ ਹੀ ਬਾਹਰ ਆ ਜਾਓ ਜੇ ਉਹਨਾਂ ਨੇ ਅੰਦਰ ਕੋਈ ਜੱਟਮਿਟ ਕਰ ਲਈ ਆ ਤੇ ਅੱਜੇ ਦਿੱਲੀ ਮੋਰਚੇ ਦੇ ਅੱਗੇ ਬਹਿ ਜਾਓ ਕਿ ਕੱਲ੍ਹ ਨੂੰ ਮੈਂ ਅੰਦਰ ਨਹੀਂ ਜਾਣਾ ਇਹਨਾਂ ਦੀ ਨੀਤੀ ਆ ਆ ਇੰਨੇ ਕਹਿੰਦਾ ਹੋਇਆ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।